ਗਾਲਾਂ ਨਿਕਲ ਜਾਣੀਆਂ ਨੇ ਬੰਦ ਨਹੀਂ ਆਈਡੀਆ ਪਾਸਾ 10 15 ਬੰਦੇ ਨਿਕਲੇ ਹੋਏ ਪਰਸ ਪਰਸ ਨਿਕਲੇ ਮੋਬਾਈਲ ਵੀ ਚੋਰੀ ਹੋਏ ਮੋਬਾਈਲ ਵੀ ਹੋਏ ਚੋਰੀ ਮੈਂ ਸਾਹਮਣੇ ਰੱਖੇ ਹੀ ਮੁਝੇ ਆਪ ਤੇ ਭਰੋਸਾ ਹੈ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ ਜਿੱਥੇ ਜਲੰਧਰ ਬਾਈਪਾਸ ਨੇੜੇ ਇੱਕ ਪ੍ਰਾਈਵੇਟ ਰਿਜ਼ੋਰਟ ਦੇ ਵਿੱਚ ਕੁਝ ਲੋਕਾਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਇਸ ਦੌਰਾਨ ਸ਼ਿਕਾਇਤ ਆਈ ਕਿ ਲੋਕਾਂ ਦੇ ਪਰਸ ਅਤੇ ਮੋਬਾਈਲ ਚੋਰੀ ਕੀਤੇ ਗਏ ਨੇ ਜਿਹੜੇ ਪਰਸ ਰਿਜ਼ੋਰਟ ਦੇ ਇੱਕ ਬਾਥਰੂਮ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਹਾਲਾਂਕਿ ਇਸ ਬਾਰੇ ਲੋਕ ਮੀਡੀਆ ਨਾਲ ਗੱਲ ਕਰਨ ਤੋਂ ਕਤਰਾਉਣ ਲੱਗੇ ਕੁਝ ਲੋਕ ਤਾਂ ਮੀਡੀਆ ਵਾਲਿਆਂ ਨੂੰ ਹੀ ਗਾਲਾਂ ਕੱਢਣ ਲੱਗੇ ਦੂਜੇ ਪਾਸੇ ਜਦੋਂ ਮਾਮਲੇ ਦੀ ਪੂਰੀ ਪੜਤਾਲ ਕੀਤੀ ਗਈ ਤਾਂ ਇੱਕ ਵਰਕਰ ਨੇ ਸਵੀਕਾਰ ਕੀਤਾ ਕਿ ਕਈ ਲੋਕਾਂ ਦੇ ਪਰਸ ਅਤੇ ਮੋਬਾਈਲ ਚੋਰੀ ਕੀਤੇ ਗਏ ਇਸ ਨੂੰ ਮੀਡੀਆ ਕਰਮੀਆਂ ਨੇ ਫਿਰ ਰਿਕਾਰਡ ਕਰ ਲਿਆ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੋਂ ਕਤਰਾਉਂਦਾ ਹੀ ਨਜ਼ਰ ਆਇਆ ਫਿਲਹਾਲ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਸ ਖਬਰ ਨੂੰ ਸ਼ੇਅਰ ਕਰਨਾ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਲੁਧਿਆਣਾ ਤੋਂ ਸੰਜੀਵ ਸੂਦ ਦੀ ਰਿਪੋਰਟ ਵਰਲਡ ਪੰਜਾਬੀ ਟੀਵੀ